ਦੋਸਤੋ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ ਬੇਰੁਜ਼ਗਾਰਾਂ ਨੂੰ ਮਿਲਿਆ ਹੋਲੀ ਤੇ ਵੱਡਾ ਤੋਹਫਾ। ਖੇਡ ਵਿਭਾਗ ਦੇ ਵਿੱਚ ਆਈਆਂ ਨਵੀਆਂ ਸਰਕਾਰੀ ਨੌਕਰੀਆਂ, ਅਗਰ ਤੁਸੀਂ ਵੀ ਇਹਨਾਂ ਸਰਕਾਰੀ ਨੌਕਰੀਆਂ ਨੂੰ ਅਪਲਾਈ ਕਰਨਾ ਚਾਹੁੰਦੇ ਹੋ, ਇਹਨਾਂ ਸਰਕਾਰੀ ਨੌਕਰੀਆਂ ਬਾਰੇ ਸਾਰੀ ਸਹੀ ਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਦੋਸਤੋ ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਵਿਖੇ ਕੰਟੈਕਟ ਬੇਸ ਤੇ ਪੋਸਟਾਂ ਭਰੀਆਂ ਜਾ ਰਹੀਆਂ ਨੇ, ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਇੰਪੋਰਟੈਂਟ ਡੇਟਸ ਹੋਵੇਗੀ, ਤੁਸੀਂ 13/3/2024 ਤੋਂ ਲੈ ਕੇ 1/4/2024 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਤੁਹਾਡੀ ਪੋਸਟਾਂ ਦੇਖ ਸਕਦੇ ਹੋ, ਸਪੋਰਟਸ ਕੋਆਰਡੀਨੇਟਰ ਦੀ 1 ਪੋਸਟ ਆ, ਤਨਖਾਹ ਤੁਹਾਡੀ 75,000 ਹੋਵੇਗੀ, ਉਮਰ ਸੀਮਾ ਤੁਸੀਂ 65 ਸਾਲ ਤੋਂ ਘੱਟ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੇ ਵਿੱਚ ਵਿੱਦਿਅਕ ਯੋਗਤਾ ਰੱਖੀ ਗਈ ਹੈ, ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈਗਾ ਅਤੇ ਤੁਸੀਂ ਗ੍ਰੈਜੂਏਸ਼ਨ ਪਾਸ ਕੀਤੀ ਆ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਫੋਰਮ ਅਪਲਾਈ ਕਰ ਸਕਦੇ ਹੋ। ਫਿਜੀਕਲ ਟ੍ਰੇਨਰ ਐਕਸਪਰਟ ਦੀਆਂ 2 ਪੋਸਟਾਂ, ਤਨਖਾਹ 75,000 ਹੋਵੇਗੀ, ਉਮਰ ਸੀਮਾ 55 ਸਾਲ ਤੋਂ ਘੱਟ, ਤੁਸੀਂ ਗ੍ਰੈਜੂਏਸ਼ਨ ਪਾਸ ਕੀਤੀ ਹੈ ਜਾਂ ਤੁਸੀਂ AIPT ਪੂਨਾ ਤੋਂ ਕੋਈ ਲੌਂਗ ਕੋਰਸ ਕੀਤਾ ਅਤੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ। ਫਿਜੀਕਲ ਟ੍ਰੇਨਰ ਦੀਆਂ 8 ਪੋਸਟਾਂ, ਤਨਖਾਹ 45,000, ਉਮਰ ਸੀਮਾ 45 ਸਾਲ ਤੋਂ ਘੱਟ, ਤੁਹਾਡੀ ਯੋਗਤਾ ਗ੍ਰੈਜੂਏਸ਼ਨ ਪਾਸ ਰੱਖੀ ਗਈ ਆ, ਤੁਸੀਂ AIPT ਪੂਨੇ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਕੋਈ ਕੋਰਸ ਕੀਤਾ PT ਦਾ, ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਫਿਜੀਓਥੈਰੇਪਿਸਟ ਦੀਆਂ 3 ਪੋਸਟਾਂ, ਤਨਖਾਹ ਤੁਹਾਡੀ 45,000, ਉਮਰ ਸੀਮਾ 45 ਸਾਲ ਤੋਂ ਘੱਟ ਰੱਖੀ ਗਈ ਆ। ਅਗਰ ਤੁਸੀਂ ਕੋਈ ਫਿਜੀਓਥੈਰੇਪਿਸਟ ਦਾ ਕੋਈ ਵੀ ਕੋਰਸ ਕੀਤਾ, ਡਿਪਲੋਮਾ ਡਿਗਰੀ ਕੀਤਾ ਵਾ, ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ, ਨਾਲ ਤੁਹਾਡੇ ਕੋਲ ਗ੍ਰੈਜੂਏਸ਼ਨ ਪਾਸ ਵੀ ਕੀਤੀ ਹੋਣੀ ਜ਼ਰੂਰੀ ਹੋ। ਜੂਨੀਅਰ ਕੋਚ ਦੀਆਂ 62 ਪੋਸਟਾਂ, ਤਨਖਾਹ ਤੁਹਾਡੀ 45,000 ਹੋਵੇਗੀ, ਉਮਰ ਸੀਮਾ ਤੁਸੀਂ 55 ਸਾਲ ਤੋਂ ਘੱਟ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੀ ਵਿੱਦਿਅਕ ਯੋਗਤਾ ਵਾ, ਉਹਦੇ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ ਆ, ਤੁਹਾਡੇ ਕੋਲ ਇੰਟਰਨੈਸ਼ਨਲ ਗੇਮਾਂ ਦਾ ਤਜਰਬਾ ਹੋਣਾ ਜ਼ਰੂਰੀ ਹੋਵੇਗਾ। ਜਿਹੜਾ ਫੀਸਾਂ ਦਾ ਵੇਰਵਾ ਇਸ ਪ੍ਰਕਾਰ ਹੈ, ਜਿਹੜੇ ਪੰਜਾਬ ਦੇ ਉਮੀਦਵਾਰਾਂ ਨੇ ਅਪਲਾਈ ਕਰਨ, ਉਹਨਾਂ ਜਿਹੜੀ ₹500 ਪ੍ਰਤੀ ਐਪਲੀਕੇਸ਼ਨ ਫੀਸ ਇਹਦੇ ਵਿੱਚ ਲੱਗੇਗੀ, ਠੀਕ ਹੈ ਜੀ। ਤੁਸੀਂ ਆਪਣੇ ਫੋਰਮ ਨੂੰ ਔਨਲਾਈਨ ਮੈਥਡ ਦੇ ਨਾਲ ਅਪਲਾਈ ਕਰ ਸਕਦੇ ਹੋ। ਉਹਨਾਂ ਦੇ ਵੱਲੋਂ ਇੱਕ ਆਪਣੀ ਵੈਬਸਾਈਟ ਜਾਰੀ ਕੀਤੀ ਗਈ ਹੈ, ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ। ਵੈਬਸਾਈਟ PISRecruitmentPSU.com ਦੇ ਉੱਪਰ ਜਾ ਕੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਬਾਕੀ ਅਗਰ ਇਸ ਭਰਤੀ ਸੰਬੰਧੀ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸ਼ੱਕ ਸਵਾਲ ਹੈ, ਤਾਂ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਸ਼ੱਕ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਲਾਸਟ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਸਵੈ ਘੋਸ਼ਣਾ ਪੱਤਰ ਵੀ ਭਰਨਾ ਪਵੇਗਾ, ਇਹ ਪੱਤਰ ਭਰਨ ਤੋਂ ਬਾਅਦ ਤੁਸੀਂ ਨਾਲ ਨੱਥੀ ਕਰਕੇ ਜਮ੍ਹਾਂ ਕਰਵਾ ਸਕਦੇ ਹੋ। ਬਾਕੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ, ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਏ ਬਾਏ, ਜੈ ਹਿੰਦ।